क्षत्रिय काल ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲੋ ਅੱਜ ਦੇ ਪੰਜਾਬੀ ਪ੍ਰੈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪ੍ਰੈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਰਾਹੁਲ ਗਾਂਧੀ ਦੀ ਜਿਨ੍ਹਾਂ ਦੇ ਵੱਲੋਂ ਭਾਰਤ ਜੋੜੋ ਨਿਆ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੀ ਪਲਾਨ ਪੰਜਾਬ ਤਿਆਰ ਕਰ ਲਿਆ ਗਿਆ ਹੈ ਅਕਾਲੀ ਦਲ ਦੇ ਵੱਲੋਂ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਜਾਵੇਗੀ ਪੰਜਾਬ ਪੰਜਾਬੀ ਹੱਤ ਬਚਾਓ ਯਾਤਰਾ ਲੱਖਾਂ ਸਿਧਾਨਾ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਨਵਜੋਤ ਸਿੱਧੂ ਦੀ ਮੋਗਾ ਰੈਲੀ ਦਾ ਵਿਰੋਧ ਹੋਰ ਵੀ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ ਲੁੱਟਾਂ ਖੋਹਾਂ ਅਤੇ ਡਾਕਿਆਂ ਦੀਆਂ ਚਾਰ ਖਬਰਾਂ ਸਾਹਮਣੇ ਆਈਆਂ ਨੇ ਸਕੂਲਾਂ ਦੇ ਵਿੱਚ ਠੰਡ ਕਰਕੇ ਸਰਕਾਰ ਨੇ ਛੁੱਟੀਆਂ ਵਧਾ ਦਿੱਤੀਆਂ ਨੇ ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਰਾਹੁਲ ਗਾਂਧੀ ਤੋਂ ਕਰਦੇ ਹਾਂ ਕਾਂਗਰਸ ਪਾਰਟੀ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੇ ਵੱਲੋਂ 14 ਜਨਵਰੀ ਨੂੰ ਮਣੀਪੁਰ ਤੋਂ ਭਾਰਤ ਜੋੜੋ ਨਿਆਂ ਯਾਤਰਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਸਵੇਰੇ ਸਵੇਰੇ 14 ਜਨਵਰੀ ਵਾਲੇ ਦਿਨ ਦਿੱਲੀ ਤੋਂ ਕਾਂਗਰਸ ਪਾਰਟੀ ਦੇ ਲੀਡਰਾਂ ਦਾ ਇੱਕ ਹਵਾਈ ਜਹਾਜ਼ ਉੱਡਿਆ ਜਿਹੜਾ ਕਿ ਮਣੀਪੁਰ ਪਹੁੰਚਿਆ। ਮਣੀਪੁਰ ਪਹੁੰਚ ਕੇ ਇਹਨਾਂ ਲੀਡਰਾਂ ਦੇ ਵੱਲੋਂ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਗਿਆ ਅਤੇ ਉੱਥੋਂ ਹੀ ਬੱਸ ਦੇ ਵਿੱਚ ਸਵਾਰ ਹੋ ਕੇ ਰਾਹੁਲ ਗਾਂਧੀ ਦੇ ਵੱਲੋਂ ਆਪਣੀ ਭਾਰਤ ਜੋੜੋ ਨਿਆ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ 20 ਮਾਰਚ ਤੱਕ ਚੱਲੇਗੀ ਅਤੇ ਮਣੀਪੁਰ ਤੋਂ ਮੁੰਬਈ ਤੱਕ ਇਸ ਦਾ ਸਫ਼ਰ ਹੋਵੇਗਾ 6700 ਕਿਲੋਮੀਟਰ ਦਾ ਇਹ ਸਫ਼ਰ ਯਾਤਰਾ ਦੇ ਵਲੋਂ ਤੈਅ ਕੀਤਾ ਜਾਵੇਗਾ ਕਾਂਗਰਸ ਪਾਰਟੀ ਮੰਨ ਰਹੀ ਹੈ ਕਿ ਜਿਵੇਂ ਭਾਰਤ ਜੋੜੋ ਯਾਤਰਾ ਨੂੰ ਵੱਡੀ ਕਾਮਯਾਬੀ ਮਿਲੀ ਸੀ ਕਾਂਗਰਸ ਪਾਰਟੀ ਸੁਰਜੀਤ ਇੱਕ ਵਾਰ ਫਿਰ ਤੋਂ ਹੋਈ ਸੀ ਨਿਆ ਯਾਤਰਾ ਦੇ ਨਾਲ ਵੀ ਇੱਥੇ ਕਾਂਗਰਸੀਆਂ ਦੇ ਵਿੱਚ ਖਾਸ ਤੌਰ ਤੇ ਉਤਸ਼ਾਹ ਵੇਖਣ ਨੂੰ ਮਿਲੇਗਾ ਕਾਂਗਰਸ ਪਾਰਟੀ ਦੇ ਵੱਲੋਂ ਇਸ ਨੂੰ ਲੈ ਕੇ ਕਾਫੀ ਆਸਾਂ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਗੱਲ ਜੇਕਰ ਪੰਜਾਬ ਅਤੇ ਹਰਿਆਣਾ ਦੇ ਕਾਂਗਰਸੀ ਲੀਡਰਾਂ ਦੀ ਕੀਤੀ ਜਾਵੇ ਤਾਂ ਪੰਜਾਬ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਫੜਿੰਗ ਵੀ ਪਹੁੰਚੇ ਹੋਏ ਸਨ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਮੁਹੰਮਦ ਸਦੀਕ ਆਦੀ ਪੰਜਾਬ ਦੇ ਲੀਡਰ ਉੱਥੇ ਮੌਜੂਦ ਸਨ ਹਰਿਆਣਾ ਤੋਂ ਦਪਿੰਦਰ ਹੁੱਡਾ ਵੀ ਇਸ ਸ਼ੁਰੂਆਤੀ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨ ਲਈ ਮਣੀਪੁਰ ਪਹੁੰਚੇ ਹੋਏ ਸਨ ਅੱਗੇ ਵਧਦੇ ਹਾਂ ਗੱਲ ਭਾਰਤੀ ਜਨਤਾ ਪਾਰਟੀ ਦੀ ਕਰ ਲੈਣੇ ਆ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇਸ ਵਾਰ ਲੋਕ ਸਭਾ ਚੋਣਾਂ ਦੀਆਂ 13 ਦੀਆਂ 13 ਸੀਟਾਂ ਤੇ ਤਿਆਰੀ ਕੀਤੀ ਜਾ ਰਹੀ ਹੈ ਅਤੇ ਪਲਾਨ ਪੰਜਾਬ ਬੀਜੇਪੀ ਨੇ ਤਿਆਰ ਕਰ ਲਿਆ ਹੈ ਮੀਡੀਆ ਰਿਪੋਰਟਾਂ ਸਾਹਮਣੇ ਆਉਣ ਲੱਗ ਪਈਆਂ ਨੇ ਇਹ ਸਪਲਾਨ ਪੰਜਾਬ ਦੇ ਤਹਿਤ 20 ਮਾਰਚ ਤੋਂ ਬਾਅਦ ਭਾਜਪਾ ਦੇ ਵੱਡੇ ਚਾਰ ਲੀਡਰਾਂ ਦੀਆਂ ਧੜਾ ਧੜ ਰੈਲੀਆਂ ਪੰਜਾਬ ਦੇ ਵਿੱਚ ਕਰਵਾਈਆਂ ਜਾਣਗੀਆਂ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਰਾਜਨਾਥ ਸਿੰਘ ਦੇ ਵੱਲੋਂ ਤੜਾ ਤੜ ਤਾਬੜ ਤੋੜ ਰੈਲੀਆਂ ਪੰਜਾਬ ਦੇ ਵਿੱਚ ਕਰਵਾਈਆਂ ਜਾਣਗੀਆਂ ਇਸ ਤੋਂ ਇਲਾਵਾ ਪੰਜ ਗਰੁੱਪਾਂ ਦੇ ਵਿੱਚ 13 ਲੋਕ ਸਭਾ ਸੀਟਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੰਡ ਲਿਆ ਗਿਆ ਹੈ ਅਤੇ ਪਿੰਡਾਂ ਤੱਕ ਪਹੁੰਚਣ ਦੀ ਵੀ ਇੱਕ ਮੁਹਿੰਮ ਬੀਜੇਪੀ ਦੇ ਵੱਲੋਂ ਚਲਾਈ ਜਾਵੇਗੀ ਸੀਨੀਅਰ ਲੀਡਰ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਰਾਤਾਂ گزارਣਗੇ 24 24 ਘੰਟਿਆਂ ਤੱਕ ਇੱਕ ਪਿੰਡ ਦੇ ਵਿੱਚ ਰਹਿਣ ਦਾ ਕੰਮ ਇਹਨਾਂ ਲੀਡਰਾਂ ਦੇ ਵੱਲੋਂ ਕੀਤਾ ਜਾਵੇਗਾ ਕਿਉਂਕਿ ਭਾਜਪਾ ਨੂੰ ਸ਼ਹਿਰਾਂ ਦੀ ਪਾਰਟੀ ਮੰਨਿਆ ਜਾਂਦਾ ਹੈ ਜੇਕਰ 13 ਦੀਆਂ 13 ਸੀਟਾਂ ਤੇ ਚੋਣਾਂ ਲੜਨੀਆਂ ਹਨ ਤਾਂ ਪਿੰਡਾਂ ਤੱਕ ਵੀ ਪਹੁੰਚ ਬਣਾਉਣੀ ਬਹੁਤ ਜ਼ਰੂਰੀ ਹੈ ਇਸੇ ਕਰਕੇ ਪਿੰਡੂਆਂ ਤੱਕ ਪਿੰਡਾਂ ਦੇ ਲੋਕਾਂ ਤੱਕ ਪਹੁੰਚ ਬਣਾਉਣ ਦਾ ਵੀ ਪ੍ਰੋਗਰਾਮ ਪਲਾਨ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਤਿਆਰ ਕਰ ਲਿਆ ਗਿਆ ਹੈ ਮੀਡੀਆ ਰਿਪੋਰਟਾਂ ਇਹ ਦਾਅਵਾ ਕਰਦੀਆਂ ਨੇ ਅਗਲੀ ਖਬਰ ਦੇ ਵੱਲ ਵਧਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 1 ਫਰਵਰੀ ਤੋਂ ਪੰਜਾਬ ਸੂਬੇ ਦੇ ਵਿੱਚ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਜਾਵੇਗੀ ਅਕਾਲੀ ਦਲ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਸੀਂ ਇਹ ਯਾਤਰਾ ਪੂਰੇ ਪੰਜਾਬ ਦੇ ਵਿੱਚ ਕੱਢਾਂਗੇ ਪਰ ਜਨਵਰੀ ਦੇ ਅਖੀਰ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ ਯਾਤਰਾ ਸ਼ੁਰੂ ਹੋਵੇਗੀ ਪਰ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ 1 ਫਰਵਰੀ ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ ਕਿਉਂਕਿ ਹੁਣ ਪੰਜਾਬ ਦੇ ਵਿੱਚ ਰੈਲੀਆਂ ਦਾ ਦੌਰ ਵੀ ਸ਼ੁਰੂ ਕਰ ਦਿੱਤਾ ਹੈ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਅਕਾਲੀ ਦਲ ਨੇ 12 ਜਨਵਰੀ ਨੂੰ ਪੰਥਕ ਕਾਨਫਰੰਸ ਕੀਤੀ ਗਈ ਬੀਬੀਆਂ ਦੇ ਵਿੰਗ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਸਤਰੀ ਵਿੰਗ ਹੈ ਉਸ ਦੇ ਵੱਲੋਂ ਪੰਥਕ ਕਾਨਫਰੰਸ ਉਸ ਨੂੰ ਨਾਮ ਦਿੱਤਾ ਇੱਥੇ ਅਕਾਲੀ ਦਲ ਨੇ ਮਾਈ ਭਾਗੋ ਨੂੰ ਸਮਰਪਿਤ ਕੀਤੀ ਹੋ ਰੈਲੀ ਉਸ ਤੋਂ ਬਾਅਦ ਮਾਗੀ ਵਾਲੇ ਦਿਨ ਵੀ ਇੱਕ ਕਾਨਫਰੰਸ ਅਕਾਲੀ ਦਲ ਦੇ ਵੱਲੋਂ ਕਰ ਦਿੱਤੀ ਗਈ ਵੱਡਾ ਇਕੱਠ ਵੀ ਅਕਾਲੀ ਦਲ ਨੇ ਇਸ ਰੈਲੀ ਦੇ ਵਿੱਚ ਕਰ ਲਿਆ ਇਸ ਰੈਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਆਪਣੀ ਸਰਕਾਰ ਦੇ ਕੰਮ ਗਿਣਵਾਏ ਉਧਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੇ ਲੰਬੇ ਤਾਨੇ ਮੇਨੇ ਵੀ ਸੁਖਬੀਰ ਬਾਦਲ ਦੇ ਵੱਲੋਂ ਦਿੱਤੇ ਗਏ ਜਿਵੇਂ ਕਿ ਕਾਂਗਰਸ ਨੇ ਆਪਣਾ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਟਾਇਆ ਏ ਉਹਨਾਂ ਨੂੰ ਸਰਕਾਰਾਂ ਦੇ ਵਿੱਚ ਲੋਕੋ ਕਿਉਂ ਬਿਠਾਉਂਦੇ ਹੋ ਇਹ ਤਾਨਾ ਦਿੱਤਾ ਦੂਜਾ ਆਮ ਆਦਮੀ ਪਾਰਟੀ ਬਾਰੀ ਪਾਰਟੀ ਹੈ ਇਸ ਦੇ ਬਾਵਜੂਦ ਉਹਨਾਂ ਨੂੰ ਤੁਸੀਂ ਸੱਤਾ ਦੇ ਵਿੱਚ ਕਿਉਂ ਲਿਆਉਂਦਾ ਏ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਤੁਸੀਂ ਕਿਉਂ ਬਣਾ ਦਿੱਤਾ ਏ ਅਜਿਹੇ ਤਾਨੇ ਮੇਨੇ ਇਸ ਰੈਲੀ ਦੇ ਵਿੱਚ ਸੁਖਬੀਰ ਬਾਦਲ ਦੇ ਵੱਲੋਂ ਦਿੱਤੇ ਗਏ ਚੈਲੰਜ ਵੀ ਉਹਨਾਂ ਨੇ ਵਿਰੋਧੀ ਪਾਰਟੀਆਂ ਨੂੰ ਕਰ ਦਿੱਤੇ ਉਹਨਾਂ ਨੇ ਆਖਿਆ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਨੂੰ 2 ਸਾਲ ਹੋ ਕਹਿੰਨੇ ਇਹ ਦੋਵੇਂ ਪਾਰਟੀਆਂ ਪੰਜਾਬ ਸੂਬੇ ਦੇ ਵਿੱਚ ਆਪਣੀਆਂ ਸਰਕਾਰਾਂ ਦੀ ਇੱਕ ਵੀ ਨਿਸ਼ਾਨੀ ਦੱਸ ਦੇਣ ਜਿਹੜੀ ਵੀ ਚੀਜ਼ ਤੇ ਇਹ ਹੱਥ ਧਰਨਗੇ ਉਹ ਅਕਾਲੀ ਦਲ ਨੇ ਹੀ ਬਣਾਈ ਹੋਵੇਗੀ ਭਾਵੇਂ ਸੜਕਾਂ ਹੋਣ ਗਲੀਆਂ ਹੋਣ ਯਾਦਗਾਰਾਂ ਹੋਣ ਪਾਵਰ ਪਲਾਂਟ ਹੋਣ ਨਹਿਰਾਂ ਪੱਕੀਆਂ ਕੀਤੀਆਂ ਹੋਣ ਕੁਝ ਵੀ ਕੀਤਾ ਹੋਵੇ ਇਹਨਾਂ ਨੇ ਕੁਝ ਨਹੀਂ ਕੀਤਾ ਅਸੀਂ ਸਾਰਾ ਕੁਝ ਕੀਤਾ ਹੈ ਫਿਰ ਵੀ ਤੁਸੀਂ ਸਾਨੂੰ ਹਰਾਈ ਜਾਂਦੇ ਹੋ ਸਿਕੰਦਰ ਸਿੰਘ ਮਲੂਕਾ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਅਸੀਂ ਕੰਮ ਜ਼ਿਆਦਾ ਕਰ ਬੈਠੇ ਆ ਇਸੇ ਕਰਕੇ ਲੋਕਾਂ ਨੂੰ ਰਾਸ ਨਹੀਂ ਆਇਆ ਪੰਜਾਬੀਆਂ ਨੂੰ ਇਸੇ ਕਰਕੇ ਪੰਜਾਬੀਆਂ ਨੇ ਸਾਨੂੰ ਹਰਾ ਦਿੱਤਾ ਹੈ ਲੋਕਾਂ ਨੂੰ ਇਹ ਤਾਨੇ ਮੇੜੇ ਮਾਰਨ ਦਾ ਕੰਮ ਇਸ ਰੈਲੀ ਦੇ ਵਿੱਚ ਅਕਾਲੀ ਲੀਡਰਾਂ ਦੇ ਵੱਲੋਂ ਕਰ ਦਿੱਤਾ ਗਿਆ ਅੱਗੇ ਬਾਦਿਆਂ ਪੰਜਾਬ ਬਚਾਓ ਯਾਤਰਾ ਤਾਂ ਅਕਾਲੀ ਦਲ ਦੇ ਵੱਲੋਂ 1 ਫਰਵਰੀ ਨੂੰ ਸ਼ੁਰੂ ਕੀਤੀ ਜਾਣੀ ਹੈ ਪਰ ਲਖਾ ਸਿਧਾਣਾ ਦੇ ਵੱਲੋਂ ਪੰਜਾਬ ਪੰਜਾਬੀਅਤ ਬਚਾਓ ਯਾਤਰਾ ਦੀ ਸ਼ੁਰੂਆਤ ਕਰ ਵੀ ਦਿੱਤੀ ਗਈ ਹੈ ਮੱਗੀ ਮੌਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਖੇ ਨਤਮਸਤਕ ਹੋਣ ਤੋਂ ਬਾਅਦ ਇਸ ਯਾਤਰਾ ਦੀ ਸ਼ੁਰੂਆਤ ਲਖਾ ਸਿੰਘ ਸਿਧਾਣਾ ਦੇ ਵੱਲੋਂ ਕਰ ਦਿੱਤੀ ਗਈ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਜੋ ਬਹੁਤ ਵੱਡੇ ਮੁੱਦੇ ਹਨ ਉਹਨਾਂ ਨੂੰ ਲੈ ਕੇ ਲੋਕਾਂ ਦੇ ਕੋਲ ਅਸੀਂ ਆ ਰਹੇ ਆ ਅਤੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਆਪਣੇ ਮੁੰਡੇ ਕੁੜੀਆਂ ਨੂੰ ਬਾਹਰ ਨਾ ਭੇਜੋ ਜਦੋਂ ਇਤਿਹਾਸ ਲਿਖਿਆ ਜਾਵੇਗਾ ਕਿ ਪੰਜਾਬ ਡੁੱਬ ਰਿਹਾ ਸੀ ਉਦੋਂ ਇਤਿਹਾਸ ਤੁਹਾਡੇ ਕੋਲੋਂ ਇਹ ਸਵਾਲ ਪੁੱਛੇਗਾ ਕਿ ਤੁਸੀਂ ਆਪਣੇ ਜਵਾਨ ਮੁੰਡੇ ਕੁੜੀਆਂ ਪੰਜਾਬ ਦੇ ਵਿੱਚ ਕਿਉਂ ਨਹੀਂ ਰੱਖੇ ਤੁਸੀਂ ਤਾਂ ਆਪਣੇ ਜਵਾਨ ਮੁੰਡੇ ਕੁੜੀਆਂ ਬਾਹਰ ਭੇਜ ਦਿੱਤੇ ਸਨ ਇਸ ਕਰਕੇ ਬਾਹਰ ਨਾ ਭੇਜੋ ਪੰਜਾਬੀਆਂ ਦੀ ਬੜੀ ਲੋੜ ਹੈ ਪੰਜਾਬ ਦੇ ਵਿੱਚ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਕਿਸੇ ਲੀਡਰ ਨੂੰ ਕੋਈ ਪਰਵਾਹ ਨਹੀਂ ਹੈ ਆਪ ਹੀ ਪੰਜਾਬੀਆਂ ਨੂੰ ਆਪਣੇ ਪੰਜਾਬ ਦੀ ਪਰਵਾਹ ਕਰਨੀ ਪੈਣੀ ਹੈ ਪੰਜਾਬੀ ਭਾਸ਼ਾ ਦਾ ਮੁੱਦਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਨਸ਼ੇ ਦਾ ਮੁੱਦਾ ਜਾਗਰੂਕਤਾ ਸਿਆਸੀ ਜਾਗਰੂਕਤਾ ਦਾ ਮੁੱਦਾ ਇਹ ਸਭ ਮੁੱਦਿਆਂ ਤੇ ਪੰਜਾਬ ਪੰਜਾਬੀਅਤ ਬਚਾਓ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ ਲੱਖਾਂ ਸਿਧਾਂਤਾਂ ਦੇ ਵੱਲੋਂ ਜਿਹੜੀ ਕਿ ਪੂਰੇ ਪੰਜਾਬ ਦੇ ਵਿੱਚ ਪੌਂਚੇਗੀ ਅੱਗੇ ਵਧਦੇ ਆ ਕਾਂਗਰਸ ਪਾਰਟੀ ਦੇ ਵੱਲੋਂ ਇਸ ਵੇਲੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋ ਪ੍ਰਚਾਰ ਕੀਤੇ ਜਾ ਰਹੇ ਨੇ ਭਾਵ ਦੋ ਪੱਖਾਂ ਦੇ ਵੱਲੋਂ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਇੱਕ ਪੱਖ ਹੈ ਪੰਜਾਬ ਕਾਂਗਰਸ ਦੇ ਅਹੁਦੇਦਾਰ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਬਾਕੀ ਲੀਡਰਸ਼ਿਪ ਅਤੇ ਦੂਜਾ ਧੜਾ ਹੈ ਦੂਜੀ ਧਿਰ ਹੈ ਨਵਜੋਤ ਸਿੱਧੂ ਜਿਹੜੇ ਕਿ ਲਗਾਤਾਰ ਰੈਲੀਆਂ ਕਰ ਰਹੇ ਨੇ ਹੁਣ ਉਹਨਾਂ ਦੇ ਵੱਲੋਂ 21 ਤਰੀਕ ਨੂੰ ਰੈਲੀ ਕੀਤੀ ਜਾ ਰਹੀ ਹੈ ਮੋਗੇ ਦੇ ਵਿੱਚ ਪਰ ਉਸ ਰੈਲੀ ਦਾ ਵਿਰੋਧ ਤੇਜ਼ ਹੋਣ ਲੱਗ ਪਿਆ ਹੈ ਕਿਉਂਕਿ ਮੋਗਾ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ ਅਤੇ ਕਾਂਗਰਸ ਦੇ ਮੋਗਾ ਜ਼ਿਲ੍ਹੇ ਦੇ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਗੜ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਇਹ ਕਾਂਗਰਸ ਪਾਰਟੀ ਦੀ ਰੈਲੀ ਨਹੀਂ ਹੈ ਇਸ ਕਰਕੇ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਇਸ ਰੈਲੀ ਦੇ ਵਿੱਚ ਨਹੀਂ ਜਾਵਾਂਗਾ ਉਥੋਂ ਹਲਕਾ ਇੰਚਾਰਜ ਨੇ ਮਾਲਵਿਕਾ ਸੂਦ ਉਹਨਾਂ ਨੇ ਵੀ ਆਖ ਦਿੱਤਾ ਇਹ ਕਾਂਗਰਸ ਪਾਰਟੀ ਦੀ ਰੈਲੀ ਨਹੀਂ ਹੈ ਮੈਂ ਵੀ ਨਹੀਂ ਜਾਵਾਂਗੀ ਉਹਨਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜਿਹੜਾ ਪੋਸਟਰ ਬਣਾਇਆ ਏ ਉਸ ਦੇ ਵਿੱਚ ਮੇਰੀ ਫੋਟੋ ਮੇਰੀ ਸਹਿਮਤੀ ਤੋਂ ਬਿਨਾਂ ਲਾਈ ਗਈ ਹੈ ਇਸ ਕਰਕੇ ਪੋਸਟਰ ਤੋਂ ਮੇਰੀ ਫੋਟੋ ਵੀ ਹਟਾ ਦਿਓ ਮਾਲਵਿਕਾ ਸੂਦ ਨੇ ਇਹ ਗੱਲ ਆਖ ਦਿੱਤੀ ਹੈ ਨਵਜੋਤ ਸਿੱਧੂ ਅੜੇ ਹੋਏ ਨੇ ਕਿ ਮੈਂ ਤਾਂ ਇਹ ਰੈਲੀਆਂ ਜ਼ਰੂਰ ਆ ਕਰਾਂਗਾ ਪਰ ਕਾਂਗਰਸ ਦੇ ਵਿੱਚ ਹੀ ਉਹਨਾਂ ਦਾ ਵਿਰੋਧ ਹੋਰ ਵੀ ਤੇਜ਼ ਆ ਹੋਣ ਲੱਗ ਪਿਆ ਏ ਅੱਗੇ ਬਾਤਾਂ ਆ ਮਾਨ ਸਰਕਾਰ ਦੇ ਬਾਰੇ ਦੋ ਹੈਰਾਨ ਕਰ ਦੇਣ ਵਾਲੀਆਂ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਨੇ ਪੱਤਰਕਾਰ ਅਸ਼wini ਚਾਵਲਾ ਦੇ ਵੱਲੋਂ ਇਹ ਰਿਪੋਰਟਾਂ ਨਸ਼ਰ ਕੀਤੀਆਂ ਗਈਆਂ ਨੇ ਪਹਿਲੀ ਰਿਪੋਰਟ 26 ਜਨਵਰੀ ਦੀ ਗਣਤੰਤਰ ਦਿਵਸ ਵਿੱਚ ਝਾਕੀਆਂ ਨੂੰ ਲੈ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਏ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਚਾਲੇ ਇੱਕ ਐਮਓਯੂ ਸਾਈਨ ਹੋ ਗਿਆ ਏ ਇੱਕ ਸਮਝੌਤਾ ਹੋ ਗਿਆ ਏ ਕਿ 3 ਸਾਲਾਂ ਦੇ ਵਿੱਚ ਸਿਰਫ ਇੱਕ ਵਾਰ ਹੀ ਪੰਜਾਬ ਸੂਬੇ ਦੀਆਂ ਚਾਕੀਆਂ ਦਿਖਾਇਆ ਜਾਇਆ ਕਰਨਗੀਆਂ ਦਿਖਾਈਆਂ ਜਾਣ ਗਈਆਂ ਅਤੇ ਪੰਜਾਬ ਸਰਕਾਰ ਨੇ ਵੀ ਇਸ ਲਈ ਸਹਿਮਤੀ ਦੇ ਦਿੱਤੀ ਹੈ ਇਸ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋਰਾਂ ਛੋਰਾ ਦੇ ਨਾਲੇ ਮੁੱਦਾ ਚੁੱਕ ਰਹੇ ਨੇ ਕਿ ਸਾਡੀ ਝਾਕੀ ਗਣਤੰਤਰ ਦਿਵਸ ਦੇ ਵਿੱਚ ਕਿਉਂ ਨਹੀਂ ਰੱਖੀ ਗਈ ਮੋਦੀ ਸਰਕਾਰ ਪੰਜਾਬ ਵਿਰੋਧੀ ਹੈ ਵਿਤਕਰਾ ਕਰ ਰਹੀ ਹੈ ਇਸੇ ਕਰਕੇ ਹੀ ਸਾਡੀ ਝਾਕੀ ਨਹੀਂ ਰੱਖੀ ਗਈ ਹੈ ਮੀਡੀਆ ਰਿਪੋਰਟ ਦੇ ਵਿੱਚ ਦਾਵਾ ਇਹ ਵੀ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਵੀ ਇਹ ਗੱਲ ਕਬੂਲੀ ਹੈ ਕਿ ਹਾਂ ਸਾਡੀ ਸਰਕਾਰ ਨੂੰ ਪਹਿਲਾਂ ਹੀ ਪਤਾ ਸੀ ਕਿ ਝਾਕੀਆਂ ਸਰਕਾਰ ਨਹੀਂ ਹੋਣੀਆਂ ਇਸ ਵਾਰ ਸਾਡੀ ਵਾਰੀ ਨਹੀਂ ਹੈ ਇਸ ਦੇ ਬਾਵਜੂਦ ਅਸੀਂ ਸੋਚਦੇ ਸੀ ਕਿ ਚਲੋ ਜੇਕਰ ਸਾਡੀਆਂ ਝਾਕੀਆਂ ਸ਼ਾਮਲ ਹੋ ਜਾਣਗੀਆਂ ਤਾਂ ਸਾਨੂੰ ਚੰਗਾ ਲੱਗੇਗਾ ਪੰਜਾਬ ਖੁਸ਼ ਹੋ ਜਾਵੇਗਾ ਪਰ ਉਹਨਾਂ ਨੇ ਸ਼ਾਮਲ ਨਹੀਂ ਕੀਤੀਆਂ ਪਰ ਹਾਂ ਤਿੰਨਾਂ ਸਾਲਾਂ ਦੇ ਵਿੱਚ ਸਿਰਫ ਇੱਕ ਵਾਰ ਹੀ ਪੰਜਾਬ ਦੀਆਂ ਝਾਕੀਆਂ ਸ਼ਾਮਲ ਕੀਤੀਆਂ ਜਾਣਗੀਆਂ ਇਹ ਸਮਝੌਤਾ ਕੇਂਦਰ ਦੇ ਨਾਲ ਹੋ ਚੁੱਕਾ ਹੈ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਵੀ ਇਹ ਗੱਲ ਮਨ ਲਈ ਹੈ ਇਸ ਮੀਡੀਆ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੁਣ ਮੁੱਖ ਮੰਤਰੀ ਤੇ ਸਵਾਲ ਉੱਠ ਖੜੇ ਹੋਏ ਨੇ ਕਿ ਜੇਕਰ ਉਹਨਾਂ ਨੂੰ ਪਤਾ ਹੈ ਸਮਝੌਤਾ ਹੋ ਗਿਆ ਹੈ ਤਾਂ ਫਿਰ ਝਾਕੀਆਂ ਦੇ ਮੁੱਦੇ ਨੂੰ ਵੱਡਾ ਮੁੱਦਾ ਪੰਜਾਬ ਸੂਬੇ ਦੇ ਵਿੱਚ ਮਾਣ ਦੇ ਵੱਲੋਂ ਕਿਉਂ ਬਣਾਇਆ ਗਿਆ ਹੈ ਅੱਗੇ ਵਧਦੇ ਆਂ ਗੱਲ ਦੂਜੀ ਰਿਪੋਰਟ ਦੀ ਕਰ ਲੈਨੇ ਆ ਉਹ ਵੀ ਪੱਤਰਕਾਰ ਅਸ਼ਵਨੀ ਚਾਵਲਾ ਦੇ ਵੱਲੋਂ ਹੀ ਨਸ਼ਰ ਕੀਤੀ ਗਈ ਹੈ ਇਸ ਰਿਪੋਰਟ ਦੇ ਵਿੱਚ ਜਾਣਕਾਰੀ ਇਹ ਦਿੱਤੀ ਗਈ ਹੈ ਕਿ ਮਾਨ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਤੁਸੀਂ ਸਾਨੂੰ ਸੱਤਾ ਦੇ ਵਿੱਚ ਲਿਆਉਂਦੇ ਹੋ ਤਾਂ 20000 ਕਰੋੜ ਰੁਪਈਆ ਇੱਕ ਸਾਲ ਦੇ ਵਿੱਚ ਅਸੀਂ ਰੇਤੇ ਤੋਂ ਕਮਾਇਆ ਕਰਾਂਗੇ ਅਤੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਪਾਇਆ ਕਰਾਂਗੇ ਪਰ ਇਹ ਰਿਪੋਰਟ ਆਖਦੀ ਹੈ ਕਿ 40000 ਕਰੋੜ ਬਣਦਾ ਸੀ ਦੋ ਸਾਲਾਂ ਦਾ ਪਰ ਇਸ ਸਰਕਾਰ ਨੇ ਰੇਤੇ ਤੇ ਬਜਰੀ ਤੋਂ ਕਮਾਇਆ ਕਿੰਨਾ ਸਿਰਫ 35 ਕਰੋੜ 40 ਹਜ਼ਾਰ ਕਰੋੜ ਤਾਂ ਕੀ ਕਮਾਉਣਾ ਸੀ 40 ਕਰੋੜ ਵੀ ਨਹੀਂ ਕਮਾਇਆ ਇਹ ਮੀਡੀਆ ਰਿਪੋਰਟ ਇਹ ਦਾਵਾ ਕਰਦੀ ਹੈ ਮਾਈਨਿੰਗ ਵਿਭਾਗ ਦੇ ਸਕੱਤਰ ਦੇ ਵੱਲੋਂ ਵੀ ਇਸ ਦੇ ਵਿੱਚ ਬਿਆਨ ਦੱਸਿਆ ਗਿਆ ਹੈ ਮਾਈਨਿੰਗ ਵਿਭਾਗ ਦੇ ਸਕੱਤਰ ਦਾ ਵੀ ਸਕੱਤਰ ਨੇ ਆਖਿਆ ਕਿ ਹਾਂ ਇਹ ਬਹੁਤ ਜ਼ਿਆਦਾ ਘੱਟ ਆਮਦਨ ਹੈ ਇਸ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਪਰ ਜੇਕਰ ਸਾਰੀ ਆਮਦਨ ਨੂੰ ਹਿਸਾਬ ਕਿਤਾਬ ਜੋੜ ਕੇ ਵਿੱਚ ਵੇਖਿਆ ਜਾਵੇ ਤਾਂ ਸਾਲ ਦੇ 200 ਕਰੋੜ ਰੁਪਈਆ ਸਾਨੂੰ ਆਮਦਨ ਹੋ ਰਹੀ ਹੈ ਸਿਰਫ 35 ਕਰੋੜ ਆਮਦਨ ਨਹੀਂ ਹੈ 200 5 ਕਰੋੜ ਰੁਪਇਆ ਸਲਾਨਾ ਆਮਦਨ ਸਾਨੂੰ ਹੋ ਰਹੀ ਹੈ ਮਤਲਬ ਦੋ ਸਾਲਾਂ ਦੇ ਵਿੱਚ 400 ਕਰੋੜ ਰੁਪਇਆ ਅਸੀਂ ਰੇਤੇ ਤੋਂ ਕਮਾ ਲਿਆ ਹੈ ਮਾਈਨਿੰਗ ਵਿਭਾਗ ਦੇ ਸਖਤਰੇ ਦਾਵਾ ਕਰਦੇ ਨੇ ਕਿ 5.5 ਰੁਪਏ ਪ੍ਰਤੀ ਫੁੱਟ ਰੇਤ ਦੇ ਰਹੇ ਆ ਜੇਕਰ ਇਹਨਾਂ ਸਸਤਾ ਰੇਟਾਂ ਦੇਵਾਂਗੇ ਤਾਂ 40000 ਕਰੋੜ ਕਿੱਥੋਂ ਕਮਾਵਾਂਗੇ ਰੇਟ ਬੜਾ ਸੀ ਘੱਟ ਰੱਖਿਆ ਏ ਫਿਰ ਵੀ ਇਸ ਦੇ ਬਾਵਜੂਦ 200 ਕਰੋੜ ਰੁਪਏ ਸਾਲਾਨਾ ਰੇਤੇ ਬਜਰੀ ਤੋਂ ਸਰਕਾਰ ਕਮਾ ਰਹੀ ਹੈ ਸਰਕਾਰ ਦੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਇਹ ਗੱਲ ਇਸ ਰਿਪੋਰਟ ਦੇ ਵਿੱਚ ਆਖੀ ਗਈ ਹੈ ਅਗੇ ਵਾਦੇ ਆ ਪੰਜਾਬ ਦੇ ਵਿੱਚ ਮਾਨ ਸਰਕਾਰ ਬਣਨ ਦੇ 3-4 ਮਹੀਨੇ ਬਾਅਦ ਉਸ ਵੇਲੇ ਦੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਐਲਾਨ ਕਰ ਦਿੱਤਾ ਸੀ ਵੀਡੀਓ ਬਣਾ ਕੇ ਕਿ ਪੰਜਾਬ ਗੈਰ ਕਾਨੂੰਨੀ ਮਾਈਨਿੰਗ ਤੋਂ ਮੁਕਤ ਕਰ ਦਿੱਤਾ ਗਿਆ ਹੈ ਹੁਣ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਨਹੀਂ ਹੁੰਦੀ ਹੈ ਪਰ 2 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਸਰਕਾਰ ਕਸੂਤੀ ਕਰ ਜਾਂਦੀ ਹੈ ਭਾਸਕਰ ਦੀ ਰਿਪੋਰਟ ਦੇ ਮੁਤਾਬਕ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਰੋਪੜ ਦੇ ਵਿੱਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਸਰਕਾਰ ਨੂੰ ਝਾੜ ਪਾਈ ਗਈ ਹੈ ਫਟਕਾਰ ਲਾਈ ਗਈ ਹੈ ਆਤੇ ਫਟਕਾਰ ਲਾਉਂਦਿਆਂ ਹਾਈ ਕੋਰਟ ਦੇ ਵੱਲੋਂ ਰੋਪੜ ਦੇ ਵਿੱਚ ਨਜਾਇਜ਼ ਮਾਈਨਿੰਗ ਦੀ ਜਾਂਚ ਕਰਨ ਦੇ ਲਈ ਕੋਰਟ ਕਮਿਸ਼ਨਰ ਵੀ ਨਿਯੁਕਤ ਕਰ ਦਿੱਤਾ ਗਿਆ ਹੈ ਵੇਣੂ ਗੁਪਾਲਾ ਜੋਹਰ ਨੂੰ ਕੋਰਟ ਕਮਿਸ਼ਨਰ ਨਿਯੁਕਤ ਕਰ ਦਿੱਤਾ ਹੈ ਅਦਾਲਤ ਨੇ ਅਤੇ ਉਸ ਕਮਿਸ਼ਨਰ ਦਾ ਖਰਚਾ ਵੀ ਪੰਜਾਬ ਸਰਕਾਰ ਦੇ ਵੱਲੋਂ ਚੁਕਿਆ ਜਾਵੇਗਾ ਪਿਛਲੇ 10 ਸਾਲਾਂ ਦੇ ਵਿੱਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਕਿੰਨੇ ਕੇਸ ਦਰਜ ਹੋਏ ਨੇ ਉਹ ਸਬੰਧੀ ਵੀ ਰਿਪੋਰਟ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਲਈ ਗਈ ਹੈ ਪੂਰੇ ਤਿੱਖੇ ਮੂੜ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਸਰਕਾਰ ਨੂੰ ਝਾੜ ਪਾਉਣ ਦਾ ਕੰਮ ਮਾਈਨਿੰਗ ਦੇ ਮੁੱਦੇ ਤੇ ਕੀਤਾ ਗਿਆ ਹੈ ਅੱਗੇ ਵਧਦੇ ਆ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਅਮਨ अरोड़ा ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਉਹਨਾਂ ਨੂੰ ਸੁਨਾਮ ਦੀ ਅਦਾਲਤ ਦੇ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਿਸ ਤੋਂ ਬਾਅਦ ਉਹਨਾਂ ਦੀ ਮੈਂਬਰਸ਼ਿਪ ਰੱਦ ਹੋਣੀ ਸੀ ਪਰ ਆਮ ਆਦਮੀ ਪਾਰਟੀ ਨੇ ਆਖ ਦਿੱਤਾ 30 ਦਿਨਾਂ ਦਾ ਸਮਾਹ ਹੁੰਦਾ ਏ ਸਾਨੂੰ ਕਾਨੂੰਨ ਦਾ ਪਤਾ ਏ ਇਸ ਕਰਕੇ 30 ਦਿਨਾਂ ਤੋਂ ਬਾਅਦ ਕੋਈ ਕਾਰਵਾਈ ਕੀਤੀ ਜਾਵੇਗੀ ਪਰ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੰਗਰੂਰ ਦੇ ਹੀ ਅਨਿਲ ਕੁਮਾਰ ਦੇ ਵੱਲੋਂ ਇੱਕ ਪਟੀਸ਼ਨ ਪਾ ਦਿੱਤੀ ਗਈ ਹੈ ਕਿ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਅਮਨ अरोड़ा ਝੰਡਾ ਨਹੀਂ ਲਹਿਰਾ ਸਕਦੇ ਕਾਨੂੰਨ ਦੇ ਮੁਤਾਬਿਕ ਉਹਨਾਂ ਨੂੰ ਝੰਡਾ ਲਹਿਰਾਉਣ ਤੋਂ ਰੋਕਿਆ ਜਾਵੇ ਕਿਉਂਕਿ ਕਾਨੂੰਨ ਦੇ ਮੁਤਾਬਿਕ ਉਹ ਐਮਐਲਏ ਵੀ ਨਹੀਂ ਰਹੇ ਜਿਸ ਦਿਨ ਉਹਨਾਂ ਨੂੰ ਸਜ਼ਾ ਹੋਈ ਉਹ ਐਮਐਲਏ ਵੀ ਨਹੀਂ ਰਹਿ ਗਏ ਫਿਰ ਮੰਤਰੀ ਕਿਵੇਂ ਰਹਿ ਗਏ ਮੰਤਰੀ ਨਹੀਂ ਰਹਿ ਗਏ ਤਾਂ ਕਿਸ ਆਧਾਰ ਤੇ ਉਹ ਝੰਡਾ ਲਹਿਰਾਉਣ ਦੀ ਰਸਮ ਨੂੰ ਨਿਭਾਉਣਗੇ ਇਸ ਕਰਕੇ ਉਹਨਾਂ ਨੂੰ ਰੋਕਿਆ ਜਾਵੇ ਹਾਈ ਕੋਰਟ ਦੇ ਵਿੱਚ ਅਨਿਲਕ ਕੁਮਾਰ ਦੇ ਵੱਲੋਂ ਇਹ ਪਟੀਸ਼ਨ ਪਾਈ ਗਈ ਹੈ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ ਮੰਤਰੀ ਅਮਨ ਅਰੋੜਾ ਦੀਆਂ ਅੱਗੇ ਵਾਦੇ ਆ ਕਤਲ ਲੁੱਟਾ ਖੋਹਾਂ ਡਾਕੇ ਪੰਜਾਬ ਦੇ ਵਿੱਚ ਆਮ ਨੇ ਖਬਰ ਸਾਹਮਣੇ ਆ ਗਈ ਹੈ ਤਰਨਤਾਰਨ ਦੇ ਕਸਬਾ ਚਬਾਲ ਤੋਂ ਜਿੱਥੇ ਚਬਾਲ ਅੱਡੇ ਦੇ ਵਿੱਚ ਕਟਿੰਗ ਕਰਵਾਉਣ ਆਏ ਵਾਲ ਕਟਾਉਣ ਆਏ ਚਬਾਲ ਦੇ ਸਰਪੰਚ ਅਵਣ ਕੁਮਾਰ ਸੋਨੂ ਚੀਮਾ ਨੂੰ ਦੁਕਾਨ ਤੇ ਹੀ ਕਟਿੰਗ ਵਾਲੀ ਦੁਕਾਨ ਤੇ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਉਹਨਾਂ ਦੇ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਸੋਨੂ ਚੀਮਾ ਨੂੰ ਜਿਸ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਉੱਥੇ ਡਾਕਟਰਾਂ ਦੇ ਵੱਲੋਂ ਸੋਨੂ ਚੀਮਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸ਼ਰੇਆਮ ਪੰਜਾਬ ਦੇ ਵਿੱਚ ਕਤਲ ਹੋ ਰਹੇ ਨੇ ਤਾਂ ਵਿਰੋਧੀ ਪਾਰਟੀਆਂ ਨੂੰ ਵੀ ਬੋਲਣ ਦਾ ਮੌਕਾ ਮਿਲ ਰਿਹਾ ਹੈ ਉਹ ਵੀ ਬੋਲਪੇ ਜਿਹੜੇ ਕਿ ਸਰਕਾਰ ਦੇ ਖਿਲਾਫ ਨਹੀਂ ਬੋਲਦੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਇਸ ਮਸਲੇ ਤੇ ਬੋਲੇ ਨੇ ਉਹਨਾਂ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਖਾਸ ਤੌਰ ਤੇ ਜਿਹੜੇ ਮੋਤਬਰ ਲੋਕ ਨੇ ਉਹਨਾਂ ਨੇ ਆਖਿਆ ਆਪਣਾ ਬਚਾਅ ਆਪ ਕਰੋ ਸਰਕਾਰ ਦੇ ਹੱਥ ਖੜੇ ਨੇ ਕਾਨੂੰਨ ਵਿਵਸਥਾ ਸਰਕਾਰ ਦੇ ਹੱਥੋਂ ਨਿਕਲ ਚੁੱਕੀ ਹੈ ਇਸ ਕਰਕੇ ਲੋਕੋ ਖਾਸ ਤੌਰ ਤੇ ਜਿਨ੍ਹਾਂ ਦੀਆਂ ਦੁਸ਼ਮਣੀਆਂ ਨੇ ਉਹ ਆਪਣਾ ਬਚਾਅ ਆਪੇ ਹੀ ਕਰੋ ਸਰਕਾਰ ਬਿਲਕੁਲ ਇਸ ਦੇ ਵਿੱਚ ਫੇਲ ਹੋ ਚੁੱਕੀ ਹੈ ਬਿੱਟੂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਅੱਗੇ ਵਧਦੇ ਆ ਬੀਤੇ ਦਿਨ ਸੰਗਰੂਰ ਤੋਂ ਖਬਰ ਸਾਹਮਣੇ ਆਈ ਜਿੱਥੇ ਅਸਲੇ ਦੀ ਦੁਕਾਨ ਦੇ ਵਿੱਚੋਂ ਅਸਲਾ ਚੋਰੀ ਹੋ ਗਿਆ 16 ਹਥਿਆਰ ਚੋਰਾਂ ਦੇ ਵੱਲੋਂ ਚੋਰੀ ਕੀਤੇ ਗਏ ਸੀਸੀਟੀਵੀ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਿੱਧੇ ਆ ਕੇ ਉਹ ਸੀਸੀਟੀਵੀ ਕੈਮਰੇ ਤੇ ਹੀ ਹੱਥ ਮਾਰਦੇ ਹਨ ਅਤੇ ਉਸ ਨੂੰ ਪਾਸੇ ਕਰ ਦਿੰਦੇ ਨੇ ਹੁਣ ਇਸ ਵੀਡੀਓ ਦੇ ਮੁਤਾਬਿਕ ਜੋ ਪੁਲਿਸ ਨੇ ਜਾਣ ਕਰ ਦਿੱਤੀ ਹੈ ਚਾਰ ਚੱਕੀ ਇਸ ਦੇ ਵਿੱਚ ਵੇਖੇ ਗਏ ਹਨ ਜਿਨ੍ਹਾਂ ਦੇ ਵਿੱਚੋਂ ਦੋ ਨੇ ਨਿਹੰਗ ਸਿੰਘਾਂ ਦਾ ਬਾਣਾ ਵੀ ਪਾਇਆ ਹੋਇਆ ਸੀ ਪਰ 16 ਹਥਿਆਰ ਉਹ ਚੋਰੀ ਕਰਕੇ ਲੈ ਗਏ ਨੇ ਅਗੇ ਵਾਦਿਆਂ ਸੰਗਰੂਰ ਦੇ ਵੀ ਮਾੜੇ ਹਾਲਾਤ ਨੇ ਉੱਥੇ ਵੀ ਲਗਾਤਾਰ ਲੁੱਟਾਂ ਖੂਹਾਂ ਹੋ ਰਹੀਆਂ ਨੇ ਅਤੇ ਜ਼ਖਮੀ ਵੀ ਕਰ ਜਾਂਦੇ ਨੇ ਜਿਹੜੇ ਡਾਕੂ ਪੈਂਦੇ ਨੇ ਰਾਵਾਂ ਦੇ ਵਿੱਚ ਸੜਕਾਂ ਤੇ ਉਹ ਜ਼ਖਮੀ ਵੀ ਕਰ ਦਿੰਦੇ ਨੇ ਧਰਮਪਾਲ ਗੋਇਲ ਨਾਂ ਦਾ ਇੱਕ ਵਪਾਰੀ ਜਿਸ ਨੇ ਜਾਣ ਕਰ ਦਿੱਤੀ ਕਿ ਮੈਂ ਸਲੜ ਘਰਾੜ ਤੋਂ ਸੁਨਾਮ ਜਾ ਰਿਹਾ ਸੀ ਦੁਕਾਨ ਬੰਦ ਕਰਕੇ ਰਾਹ ਦੇ ਵਿੱਚ ਤਿੰਨ ਡਾਕੂਆਂ ਨੇ ਮੈਨੂੰ ਘੇਰ ਲਿਆ ਮੇਰੇ ਸਿਰ ਦੇ ਵਿੱਚ ਰੋਡ ਮਾਰ ਕੇ ਮੇਰੇ ਪੈਸੇ ਵੀ ਖੋਲ ਐ ਬਟੂਏ ਵਾਲੇ ਮੋਬਾਈਲ ਵੀ ਖੋਲਿਆ ਮੇਰੀ ਸਕੂਟਰੀ ਦੇ ਵਿੱਚ 40000 ਰੁਪਇਆ ਪਿਆ ਸੀ ਮੈਂ ਕਿਸੇ ਨੂੰ ਦੇਣਾ ਸੀ ਉਹ ਵੀ ਖੋਲੇ ਉਹਨਾਂ ਨੇ ਉਹ ਵੀ ਕਢਵਾ ਲਏ ਅਤੇ ਮੈਨੂੰ ਮਰਿਆ ਸਮਝ ਕੇ ਉੱਥੇ ਸੁੱਟ ਕੇ ਭੱਜ ਗਏ ਕੋਈ ਦਿਨ ਬਾਅਦ ਮੈਨੂੰ ਹੋਸ਼ ਆਇਆ ਮੈਂ ਘਰੇ ਗਿਆ ਉਸ ਤੋਂ ਬਾਅਦ ਮੈਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰਿਵਾਰਕ ਮੈਂਬਰਾਂ ਨੇ ਆਖਿਆ ਥੋੜਾ ਠੀਕ ਕਰੋ ਕੰਮ ਠੀਕ ਨਹੀਂ ਹੈ ਕਿਦਾਂ ਕਾਰੋਬਾਰ ਕਰਾਂਗੇ ਕਿਦਾਂ ਕੰਮ ਕਰਾਂਗੇ ਗੱਲ ਬਣ ਨਹੀਂ ਰਹੀ ਥੋੜਾ ਸੁਰੱਖਿਅਤ ਮਾਹੌਲ ਮਹਿਆ ਕਰਵਾਇਆ ਜਾਣਾ ਚਾਹੀਦਾ ਹੈ ਪਰਿਵਾਰਕ ਮੈਂਬਰ ਇੱਥੇ ਡਰੇ ਸੇਮੇ ਦਿਖਾਈ ਦਿਤਤੇ ਨੇ ਅਗਲੀ ਖਬਰ ਦੇ ਵੱਲ ਵਧਦੇ ਆ ਲੁਧਿਆਣਾ ਦੇ ਘੰਟਾ ਘਰ ਚੌਂਕ ਦੀ ਗੱਲ ਕਰ ਲੈਨੇ ਆ ਜਿੱਥੇ ਇੱਕ ਮੋਬਾਈਲਾਂ ਦੀ ਦੁਕਾਨ ਤੇ ਚੋਰਾਂ ਦੇ ਵੱਲੋਂ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਉਹ ਵੀ ਬੜੇ ਠੰਡੇ ਲਹਿਜੇ ਦੇ ਵਿੱਚ ਬੜੇ ਆਰਾਮ ਦੇ ਨਾਲ ਆਏ ਉਹਨਾਂ ਨੇ ਪਹਿਲਾਂ ਸ਼ਟਰ ਤੋੜਿਆ ਅੰਦਰ ਵੜੇ ਅਤੇ ਲਾਈਟ ਜਗਾ ਕੇ ਪ੍ਰੋਪਰ ਆਪਣੇ ਮੂੰਹ ਦਿਖਾ ਕੇ ਚੋਰੀ ਕੀਤੀ ਦੁਕਾਨਦਾਰ ਨੇ ਦੱਸਿਆ ਕਿ ਮੇਰਾ ਲੱਖਾਂ ਦਾ ਨੁਕਸਾਨ ਕਰ ਗਏ ਨੇ ਉਹ ਪਾਵਰ ਬੈਂਕ ਵੀ ਚੋਰੀ ਕਰਕੇ ਲੈ ਗਏ ਨੇ ਕੁਝ ਮੋਬਾਈਲ ਵੀ ਚੋਰੀ ਕਰਕੇ ਲੈ ਗਏ ਨੇ ਪਰ ਵੇਖੋ ਉਹਨਾਂ ਦੇ ਹੌਸਲੇ ਕਿੰਨੇ ਉੱਚੇ ਨੇ ਮੂੰਹ ਵੀ ਨਹੀਂ ਟਕਿਆ ਉਹਨਾਂ ਨੇ ਅਤੇ ਡਰੇ ਵੀ ਬਿਲਕੁਲ ਨਹੀਂ ਚੋਰਾਂ ਦਾ ਅੱਡਾ ਬਣ ਗਿਆ ਏ ਇਹ ਜੋ ਸਾਡਾ ਘੰਟਾਕਰ ਚੌਕ ਹੈ ਜੋ ਮਾਰਕੀਟ ਹੈ ਪਰ ਪੁਲਿਸ ਧਿਆਨ ਨਹੀਂ ਦੇ ਰਹੀ ਹੈ ਦੁਕਾਨਦਾਰ ਦੇ ਵੱਲੋਂ ਆਪਣਾ ਦੁੱਖਰਾ ਸੁਣਾਇਆ ਗਿਆ ਹੈ ਅੱਗੇ ਵਧਦੇ ਹਾਂ ਲਗਾਤਾਰ ਪੈਂਦੀ ਠੰਡ ਨੂੰ ਵੇਖਦੇ ਹਾਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ 5ਵੀਂ ਤੱਕ ਦੇ ਸਕੂਲ 20 ਜਨਵਰੀ ਤੱਕ ਬੰਦ ਰਹਿਣਗੇ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ ਵੈਸੇ 15 ਤੋਂ ਲੱਗਣੇ ਸਨ ਸਕੂਲ ਅਤੇ ਜਿਹੜੇ 6ਵੀਂ ਤੋਂ 12ਵੀਂ ਤੱਕ ਦੇ ਸਕੂਲ ਹਨ ਉਹ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਲੱਗਿਆ ਕਰਨਗੇ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਇਹ ਸਾਨੂੰ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਸਾਡੇ ਸ਼ੋਅ ਪੰਜਾਬੀ ਪ੍ਰੈਮ ਟਾਈਮ ਬਾਰੇ ਤੁਹਾਡੀ ਕੋਈ ਵराइਟੀ ਦਾ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁਕ ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਲ ਅਗਲੀ ਵਾਰ ਫੇਰਾ ਜਰੂਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ